ਦੇਖ ਲੋ ਜੀ ਟਰੱਕ ਕਿਵੇਂ ਗੇੜੇ ਮਾਰਦਾ ਜਾਂਦਾ ਗਾ, ਆਠੇ ਪਾਉਂਦਾ, ਫਿਰ ਕਹਿੰਦੇ ਟਰੱਕਾਂ ਦਾ ਕਸੂਰ ਨੀ ਗਾ। ਧਿਆਨ ਰੱਖੋ, ਦੇਖੋ ਬਾਈ, ਦੇਖੋ ਜੀ ਦੇਖੋ। ਚਲੋ ਠੀਕ ਹੈ ਠੀਕ ਹੈ, ਫਿਰ ਉਹ ਗੱਡੀ ਸਾਈਡ ਤੇ ਕੱਢ ਕੇ ਲਾਉਂਦਾ। ਨਸ਼ਾ ਕੀਤਾ ਪਿਆ ਬਾਈ, ਮਾਰੇਗਾ ਕਿਸੇ ਨੂੰ। ਹਾਂ ਗੁਰੀ, ਬੜਾ ਸਾਈਡ ਤੋਂ ਹਾਂ 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 ਬੜਾ ਸਾਈਡ ਤੋਂ ਜਸਪਾਲ ਸਾਲਾਫ ਹਰਚਾਂਸਰ ਵਾਸੀ ਸ਼ੇਰਗੜ੍ਹ ਦਾ ਸੀ। ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ। ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ, ਅਤੇ ਜਿਹੜਾ ਡੈੱਡ ਬੋਡੀ ਆ ਉਹ ਥੱਲੇ ਆ, ਹੈਡਰੇ ਮੰਗਾ ਕੇ ਅਸੀਂ ਇਹ ਖਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇੱਥੇ ਅਗਲੀ ਤੋਂ ਪਿਛਾਂ ਵਿੱਚ ਲਿਆਉਂਦੀ ਆ। ਇਹ ਕਿੱਥੇ ਦੀ ਘਟਨਾ ਹੋਈ ਹੈ ਸਰ, ਅਤੇ ਕਿੰਨੇ ਜਣੇ ਅਜੇ ਇੱਥੇ ਡੈੱਥ ਹੋਈ? ਇੱਕ ਬੰਦਾ ਦਿਖ ਰਿਹਾ, ਬਾਕੀ ਟਰੱਕ ਖੜ੍ਹਾ ਕਰੇ ਤਾਂ ਪਤਾ ਲੱਗੇਗਾ ਵੀ ਕੀ ਹੈ। ਬੰਦਾ ਇੱਕੋ ਦਿਖ ਰਿਹਾ, ਮੋਟਰਸਾਈਕਲ 'ਤੇ ਨਹੀਂ ਪਤਾ, ਹੋ ਸਕਦਾ ਵੱਧ ਵੀ ਹੋ ਸਕਦਾ, ਦੋ ਵੀ ਹੋ ਸਕਦੇ। ਹੁਣ ਟਰੱਕ ਖੜ੍ਹਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੇਗਾ ਵੀ ਬੰਦੇ ਕਿੰਨੇ ਬੰਦੇ ਡੈੱਥ ਹੋਈ। ਦੇਖ ਲੋ ਜੀ ਟਰੱਕ ਕਿਵੇਂ ਗੇੜੇ ਮਾਰਦਾ ਜਾਂਦਾ ਗਾ, ਆਠੇ ਪਾਉਂਦਾ, ਫਿਰ ਕਹਿੰਦੇ ਟਰੱਕਾਂ ਦਾ ਕਸੂਰ ਨੀ ਗਾ। ਧਿਆਨ ਰੱਖੋ, ਦੇਖੋ ਬਾਈ, ਦੇਖੋ ਜੀ ਦੇਖੋ। ਚਲੋ ਠੀਕ ਹੈ ਠੀਕ ਹੈ, ਫਿਰ ਉਹ ਗੱਡੀ ਸਾਈਡ ਤੇ ਕੱਢ ਕੇ ਲਾਉਂਦਾ। ਇਹਨੇ ਕੋਈ ਨਸ਼ਾ ਕੀਤਾ ਪਿਆ ਬਾਈ, ਮਾਰੇਗਾ ਕਿਸੇ ਨੂੰ। ਹਾਂ ਗੁਰੀ, ਬੜਾ ਸਾਈਡ ਤੋਂ ਕੱਢ, ਹਾਂ 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 ਬੜਾ ਸਾਈਡ ਤੋਂ ਕੱਢੀ ਮੇਰੇ ਤੋਂ। ਜਸਪਾਲ ਸਾਲਾਫ ਹਰਚਾਂਸਰ ਵਾਸੀ ਸ਼ੇਰਗੜ੍ਹ ਦਾ ਸੀ। ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ। ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ, ਅਤੇ ਜਿਹੜਾ ਡੈੱਡ ਬੋਡੀ ਆ ਉਹ ਥੱਲੇ ਆ, ਹੈਡਰੇ ਮੰਗਾ ਕੇ ਅਸੀਂ ਇਹ ਖਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇੱਥੇ ਅਗਲੀ ਤੋਂ ਪਿਛਾਂ ਵਿੱਚ ਲਿਆਉਂਦੀ ਆ। ਕਿੱਥੇ ਦੀ ਘਟਨਾ ਹੋਈ ਹੈ ਸਰ, ਅਤੇ ਕਿੰਨੇ ਜਣੇ ਅਜੇ ਇੱਥੇ ਡੈੱਥ ਹੋਈ? ਇੱਕ ਬੰਦਾ ਦਿਖ ਰਿਹਾ, ਬਾਕੀ ਟਰੱਕ ਖੜ੍ਹਾ ਕਰੇ ਤਾਂ ਪਤਾ ਲੱਗੇਗਾ ਵੀ ਕੀ ਹੈ। ਬੰਦਾ ਇੱਕੋ ਦਿਖ ਰਿਹਾ, ਮੋਟਰਸਾਈਕਲ 'ਤੇ ਨਹੀਂ ਪਤਾ, ਹੋ ਸਕਦਾ ਵੱਧ ਵੀ ਹੋ ਸਕਦਾ, ਦੋ ਵੀ ਹੋ ਸਕਦੇ। ਟਰੱਕ ਖੜ੍ਹਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੇਗਾ ਵੀ ਬੰਦੇ ਕਿੰਨੇ ਬੰਦੇ ਡੈੱਥ ਹੋਈ।